ਗੁਰਦਾਸਪੁਰ ਮੇਂ ਰਾਜ ਸਤਰੀ ਗਣਤੰਤਰ ਦਿਵਸ ਕੀ ਤਿਆਰੀਓਂ ਕੋ ਲੇਕਰ ਫੁੱਲ ਡਰੈਸ ਰਿਹਾਸਲ ਕੀ ਗਈ, ਜਿਸ ਦੌਰਾਨ ਪੰਜਾਬ ਪੁਲਿਸ ਕੇ ਬਾਰਡਰ ਰੇਂਜ ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਤਿਰੰਗਾ ਲਹਿਰਾਣੇ ਕੀ ਰਸਮ ਅਦਾ ਕੀ। ਇਸ ਮੌਕੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਔਰ SSP ਸਵਰਨਦੀਪ ਸਿੰਘ ਵੀ ਮੌਜੂਦ ਰਹੇ ਔਰ 26 ਜਨਵਰੀ ਕੋ ਹੋਣੇ ਵਾਲੇ ਰਾਜ ਸਤਰੀ ਸਮਾਰੋਹ ਮੇਂ VP ਬਦਨੌਰ ਮੁੱਖ ਮਹਿਮਾਨ ਹੋਣਗੇ ਔਰ ਤਿਰੰਗਾ ਫਹਿਰਾਏਗੇ। ਇਸ ਦੌਰਾਨ ਪੰਜਾਬ ਹਰੇ ਪੰਜਾਬ ਦੇ ਗਵਰਨਰ ਸਾਹਿਬ ਆ ਰਹੇ ਨੇ ਅਤੇ ਇਸ ਕਰਕੇ ਅੱਜ ਫੁੱਲ ਡਰੈਸ ਜਿਹੜੀ ਡਰੈਸ ਰਿਹਰਸਲ ਕੀਤੀ ਹੈਗੀ ਹੈ DG ਸਾਹਿਬ ਅਤੇ SSP ਸਾਹਿਬ ਨੇ ਉਹ ਮੈਂ ਅਤੇ ਜਿਸ ਆਈ ਕੇਮ ਟੂ ਸੀ ਇਟ ਓਵਰਸੀ ਮਾਡਲ ਦਾ ਕਾਣੇ ਦਾ ਅਰੇਂਜਮੈਂਟ ਦੇ ਹੈ ਵੇਟ ਅਤੇ ਉਹ ਚੈੱਕ ਕੀਤੀ ਹੈ ਅਤੇ ਅੱਛੀ ਅਰੇਂਜਮੈਂਟ ਕੀਤੀ ਹੈ ਅਤੇ ਵੀ ਐਕਸਪੈਕਟ ਫੰਕਸ਼ਨ ਬੜਾ ਸਮੂਥਲੀ ਨਿਕਲ ਜਾਏ। ਉਹ ਜਿਹੜੇ ਪ੍ਰੋਟੋਕੋਲ ਦੇ ਹਿਸਾਬ ਨਾਲ ਚਾਹੀਦੇ ਨੇ ਸਿਕਿਉਰਿਟੀ ਅਰੇਂਜਮੈਂਟ ਉਹ ਅਸੀਂ ਕੀਤੇ ਆ ਅਤੇ ਦੈਟ ਇਜ਼ ਵਾਈ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇੱਥੇ ਅੱਜ ਇੰਸਪੈਕਟ ਕਰਨ ਆਇਆ ਸੀ SSP ਅਤੇ DC ਸਾਹਿਬ ਨਾਲ ਅਤੇ SSP ਸਾਹਿਬ ਨੇ ਬਹੁਤ ਅੱਛੇ ਅਰੇਂਜਮੈਂਟ ਕੀਤੇ ਨੇ ਅਲੌਂਗ ਵਿਦ DC ਸਾਹਿਬ। ਜਿੱਦਾਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜ਼ਿਲ੍ਹੇ ਨੂੰ ਇਸ ਵਾਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਦੱਸਦੇ ਹੋਏ ਕਿ ਸਟੇਟ ਲੈਵਲ ਜਿਹੜਾ ਆਪਣਾ 26 ਜਨਵਰੀ ਦਾ ਗਣਤੰਤਰ ਦਿਵਸ ਫੰਕਸ਼ਨ ਪੰਜਾਬ ਸਰਕਾਰ ਦਾ ਆਪਣੇ ਇੱਥੇ ਮਨਾਇਆ ਜਾ ਰਿਹਾ ਹੈ ਅਤੇ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ VP ਬਦਨੌਰ ਜੀ ਮਹਾਂਮਹਿਮ ਇੱਥੇ ਆ ਰਹੇ ਨੇ। ਉਹਦੀ ਆਪਾਂ ਤਿਆਰੀਆਂ ਪੂਰੀ ਆਪਣੇ ਵੱਲੋਂ ਕੀਤੀ ਜਾ ਰਹੀ ਹੈ। ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਇਸ ਵਾਰ ਜਿਹੜਾ ਆਪਾਂ ਜਨਰਲੀ ਜੋ ਜ਼ਿਲ੍ਹਾ ਪੱਧਰੀ ਜਿਹੜਾ ਸਮਾਗਮ ਹੁੰਦਾ ਹੈ ਉਸ ਤੋਂ ਆਪਾਂ ਏਕ ਪੱਧਰ ਉੱਚਾ ਕਰਕੇ ਮਿਆਰ ਉੱਚਾ ਕਰਕੇ ਆਪਾਂ ਸਟੇਟ ਲੈਵਲ ਦੇ ਜਿਹੜਾ ਫੰਕਸ਼ਨ ਹੈ ਉਹ ਕਰੀਏ ਜਿੱਥੇ ਆਪਾਂ ਆਈਟਮਸ ਵੀ ਬੈਟਰ ਸੰਸਕ੍ਰਿਤਿਕ ਪ੍ਰੋਗਰਾਮ ਵੀ ਬੈਟਰ ਕੀਤੇ ਨੇ, ਝਾਂਕੀਆਂ ਦੀ ਵੀ ਨੰਬਰ ਵਧਾਇਆ ਹੈ, ਆਪਾਂ ਪਰੇਡ ਦੀ ਕੁਆਲਿਟੀ ਵੀ ਅਸੀਂ ਹੋਰ ਬੈਟਰ ਕੀਤੀ ਹੈ। ਸਾਰੇ ਇੰਤਜ਼ਾਮਾਂ ਆਪਣੇ ਜਿਹੜੇ ਨੇ ਇਸ ਵਾਰ ਇਸ ਲਈ ਚੰਗੇ ਕੀਤੇ ਜਾ ਰਹੇ ਨੇ ਕਿ 150 ਸਾਲਾਂ ਵੀ ਮਨਾ ਰਹੇ ਹਾਂ ਆਪਾਂ, ਬਹੁਤ ਬੜਾ ਮਾਣ ਮਿਲਿਆ ਆਪਾਂ ਨੂੰ ਜਿਹੜਾ ਕੋਰੀਡੋਰ ਖੁੱਲ੍ਹਣ ਦਾ ਅਤੇ ਅੱਜ ਆਪਾਂ ਜੇ ਸਟੇਟ ਲੈਵਲ 'ਚ ਉਹ ਵੀ ਸ਼ੋਕੇਸ ਕਰਾਂਗੇ ਕਿ ਗੁਰਦਾਸਪੁਰ ਦੇ ਪਿਛਲੇ 1 ਸਾਲ 'ਚ ਜਿਹੜੀਆਂ ਘਟਨਾਵਾਂ ਹੋਈ ਹੈ ਉਹਨਾਂ ਨੂੰ ਵੀ ਆਪਾਂ ਇੱਥੇ ਸ਼ੋਕੇਸ ਕਰਾਂਗੇ ਅਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਆਪਣੀ ਤਿਆਰੀ ਪੂਰੀ ਹੈ ਔਰ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈ ਬਿਕੋਜ਼ VVIP ਮੂਵਮੈਂਟ ਕਾਫੀ ਹੈ ਉਹ ਵੀ ਸਾਰੇ ਇੰਤਜ਼ਾਮਾਂ ਅਸੀਂ SSP ਸਾਹਿਬ ਨੇ ਮਿਲ ਕੇ ਉਹ ਵੀ ਦੇਖੇ ਹੋਏ ਨੇ ਸਾਰੇ, ਉਹ ਵੀ ਠੀਕ ਹੈ। ਕੁੱਲ ਮਿਲਾ ਕੇ ਆਪਣਾ ਜਿਹੜਾ ਆਉਣ ਵਾਲਾ 26 ਜਨਵਰੀ ਹੈ ਉਹਦੇ ਆਪਾਂ ਬਹੁਤ ਵਧੀਆ ਫੰਕਸ਼ਨ ਇੱਥੇ ਔਰਗਨਾਈਜ਼ ਕਰਵਾਵਾਂਗੇ ਅਤੇ ਮੈਂ ਐਡਵਾਂਸ ਸਾਰੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਆਪ ਜੀ ਸਾਰਿਆਂ ਦੇ ਰਾਹੀਂ ਵਧਾਈ ਦੇਣਾ ਹਾਂ ਅਤੇ ਆਸ ਕਰਦਾ ਹਾਂ ਕਿ ਇਸ ਤਰ੍ਹਾਂ ਹੀ ਆਪਣਾ ਜਿਹੜਾ ਦੇਸ਼ ਅਤੇ ਸੂਬੇ 'ਚ ਭਾਈਚਾਰਾ ਸਾਂਝ ਬਣੀ ਰਹੇ ਅਤੇ ਆਪਾਂ ਦਿਨ ਦੁਨੀ ਰਾਤ ਚੌਗਣੀ ਪ੍ਰਗਤੀ ਕਰੀਏ। ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਜਿਹੜੇ ਡਰੋਨਸ ਨੇ ਉਹਨਾਂ ਦੇ ਬਾਰੇ ਆਲਰੇਡੀ ਦੇਰ ਆਰ ਸਰਟਨ ਰੈਗੂਲੇਸ਼ਨਸ ਅਤੇ ਲਾਜ਼ ਹੈ ਜੋ ਉਹਨਾਂ ਦੇ ਯੂਸਿਸ ਨੂੰ ਰੈਗੂਲੇਟ ਕਰਦੇ ਹੈ। ਦੇਰ ਆਰ ਡਿਫਰੈਂਟ ਲੈਵਲ ਵੇਟ ਦੇ ਬੇਸਿਸ 'ਤੇ ਕਿ ਵੀ ਕਿਸ ਤਰ੍ਹਾਂ ਇਹਨਾਂ ਦੀ ਪ੍ਰਵਾਨਗੀਆਂ ਲੈਣੀਆਂ। ਆਪਾਂ ਸਪੈਸੀਫਿਕਲੀ ਜਿਹੜੀ ਇਹ ਆਪਣੇ ਜ਼ਿਲ੍ਹੇ 'ਚ ਚੁੱਕੀ ਇਸ ਵਾਰ ਰਾਜ ਸਤਰੀ ਸਮਾਗਮ ਹੋ ਰਿਹਾ ਹੈ ਅਤੇ ਮਾਣਯੋਗ ਰਾਜਪਾਲ ਜੀ ਜਿਹੜੇ ਪੰਜਾਬ ਆ ਰਹੇ ਨੇ ਆਪਣੇ ਇੱਥੇ ਫੰਕਸ਼ਨ ਦੇ ਲਈ ਅਤੇ ਇਨ ਜਨਰਲ ਵੀ ਆਪਣੀ ਸਿਕਿਉਰਿਟੀ ਅਲਰਟ 26 ਜਨਵਰੀ ਦਾ ਹੁੰਦਾ ਹੈ ਉਹਨੂੰ ਵੇਖਦੇ ਹੋਏ ਆਪਾਂ ਇੱਥੇ
ਡਰੋਨ 'ਤੇ ਸਪੈਸੀਫਿਕ ਤੌਰ 'ਤੇ ਪਾਬੰਦੀ ਲਾਈ ਹੋਈ ਹੈ ਸੋ ਦੈਟ ਕਿ ਜਿਹੜੇ ਆਪਣੇ ਸਿਕਿਉਰਿਟੀ ਕੰਸਰਨਸ ਹੈ ਉਹ ਪ੍ਰੋਪਰਲੀ ਐਡਰੈਸ ਹੋ ਜਾਣ।